देश दुनिया की हर वड्डी खबर लई हुणे डाउनलोड करो नंबर 1 न्यूज़ ऐप दैनिक सवेरा टाइम्स। जो ऐलान कल 14 अप्रैल ते सरदार सुखबीर सिंह बादल ने पार्टी की आला लीडरशिप ने कल किया डिप्टी उप मुख्यमंत्री का अकाली दल पूरी तरह निभाऊगा। लोग डिसाइड करनगे, मैं तो पार्टी का एक सिपाही हाँ, डिसिपलन सिपाही हाँ, असी तो वर्कर हाँ, 80 तो वध सीटा जीतेगा श्रोमणी। लेकिन कैप्टन अमरिंदर सिंह की इन्नी मेहरबानी हुई है कि वह बिहार चो लिया के प्रशांत किशोर उन्हें टॉप की नौकरी दी। बीते कल श्रोमणी अकाली दल के प्रधान सरदार सुखबीर सिंह बादल ने जलंधर विखे पहुँच की सी। जलंधर विखे पहुँच कर दौरान डॉक्टर बी आर अंबेदकर का जन्मदिन मनाया गया, श्रद्धांजलि अर्पित की गई। इस दौरान उन्होंने वड्डा बयान दिता सीगा कि जेकर श्रोमणी अकाली दल 2022 विधानसभा चोणां जितती है तो उप मुख्यमंत्री का चेहरा होगा दलित दे विचों। गलबात करन दे लई मेरे नाल आदमपुर तो विधायक पवन कुमार टीनू जी मौजूद ने। टीनू जी स्वागत है, सत श्री अकाल। ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਦੈਨਿਕ ਸਵੇਰਾ ਟੀ ਵੀ ਦਾ ਜੀ। ਔਰ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਸਨ, ਵੱਡਾ ਬਿਆਨ ਦਿੱਤਾ ਗਿਆ ਹੈ। ਕੌਣ ਹੋਵੇਗਾ ਦਲਿਤ ਦਾ ਉਪ ਮੁੱਖ ਮੰਤਰੀ ਅਤੇ ਕੀ ਜੇਕਰ ਇਸ ਤਰ੍ਹਾਂ ਦਾ ਬਿਆਨ ਦਿੱਤਾ ਗਿਆ ਅਤੇ ਜਿੱਤ ਜੇਕਰ ਸ਼੍ਰੋਮਣੀ ਅਕਾਲੀ ਦਲ ਪ੍ਰਾਪਤ ਕਰਦਾ ਤਾਂ ਵਾਕਿਆ ਹੀ ਇਸ ਚੀਜ਼ ਨੂੰ ਪੁਗਾਵੇਗਾ ਜਾਂ ਫਿਰ ਚੋਣ ਸਟੰਟ ਹੀ ਹੋਵੇਗਾ ਇਸ ਚੀਜ਼? ਦੇਖੋ, ਪਹਿਲਾਂ ਤਾਂ ਕੱਲ੍ਹ 14 ਅਪ੍ਰੈਲ ਦਾ ਦਿਹਾੜਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਜਨਮ ਦਿਹਾੜਾ ਸੀ ਅਤੇ ਉਸ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਯਾਦ ਕਰਨ ਲਈ ਉਹਨਾਂ ਦਾ ਵਡਮੁੱਲਾ ਸੰਵਿਧਾਨ ਦਾ ਜਿਹੜਾ ਯੋਗਦਾਨ ਆ ਦੇਸ਼ 'ਚ ਉਹਦਾ ਧੰਨਵਾਦ ਸ਼ੁਕਰਾਨਾ ਕਰਨ ਵਾਸਤੇ ਕੱਲ੍ਹ ਜਲੰਧਰ 'ਚ ਡਾਕਟਰ ਅੰਬੇਡਕਰ ਚੌਂਕ 'ਚ ਪਹੁੰਚੇ ਸੀ ਅਤੇ ਅਸੀਂ ਉਹਨਾਂ ਦਾ ਸਾਰੇ ਬਹੁਤ ਧੰਨਵਾਦ ਕਰਦੇ ਹਾਂ। ਦੂਜਾ, ਉਹਨਾਂ ਨੇ ਜਿਹੜੇ ਵਿਸ਼ੇਸ਼ ਦੋ ਐਲਾਨ ਕੀਤੇ ਆ ਕੱਲ੍ਹ, ਬਹੁਤ ਵੱਡਾ ਐਲਾਨ ਉਹਨਾਂ ਨੇ ਕੀਤਾ ਆ ਵੀ ਜਿਹੜਾ ਦੁਆਬੇ 'ਚ ਡਾਕਟਰ ਅੰਬੇਡਕਰ ਸਾਹਿਬ ਦੇ ਨਾਂ 'ਤੇ ਇੱਕ ਵਰਲਡ ਕਲਾਸ ਯੂਨੀਵਰਸਿਟੀ ਬਣਾਉਣ ਦਾ, ਜਿੱਥੇ ਗਰੀਬ ਬੱਚੇ ਜਿਹੜੇ ਆ ਹਾਇਰ ਐਜੂਕੇਸ਼ਨ, ਕੁਆਲਿਟੀ ਐਜੂਕੇਸ਼ਨ ਲੈ ਸਕਣਗੇ। ਅੱਜ ਲੋੜ ਇਹੀ ਆ। ਦੂਜਾ, ਉਹਨਾਂ ਨੇ ਕਿਹਾ ਵੀ ਜੇ 2022 'ਚ ਸ਼੍ਰੋਮਣੀ ਅਕਾਲੀ ਦਲ ਸੱਤਾ 'ਚ ਆਏਗਾ ਅਤੇ ਦਲਿਤ ਭਾਈਚਾਰੇ ਵਿੱਚੋਂ, ਦਲਿਤ ਪਰਿਵਾਰਾਂ ਵਿੱਚੋਂ ਡਿਪਟੀ CM ਬਣਾਇਆ ਜਾਏਗਾ। ਇਹਨਾਂ ਦੋਨਾਂ ਦਾ ਹੀ ਅਸੀਂ ਬਹੁਤ ਸਵਾਗਤ ਕਰਦੇ ਹਾਂ। ਲੋਕਾਂ 'ਚ ਬੜੀ ਖੁਸ਼ੀ ਦੀ ਲਹਿਰ ਆ, ਤਸੱਲੀ ਹੈ। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਹੈ, ਦੇਖੋ ਇੱਕੋ ਇੱਕ ਪਾਰਟੀ ਆ ਪੰਜਾਬ 'ਚ, ਅਕਾਲੀ ਦਲ ਖੇਤਰੀ ਪਾਰਟੀ ਆ, ਪੰਜਾਬ ਦੀ ਅਤੇ ਪੰਜਾਬੀਆਂ ਦੀ ਪਾਰਟੀ, ਜਵਾਬਦੇਹ ਪਾਰਟੀ ਆ। ਹਰ ਵੇਲੇ ਪੰਜਾਬ 'ਚ ਰਹਿਣਾ, ਲੋਕਾਂ ਦੇ ਵਿੱਚ ਰਹਿਣਾ, ਇਸ ਕਰਕੇ ਇਹਦੀ ਭਰੋਸੇਯੋਗਤਾ ਬਹੁਤ ਜ਼ਿਆਦਾ ਆ। ਅਤੇ ਪਿਛਲੇ ਸਮੇਂ ਦਾ ਜੇ ਟਰੈਕ ਰਿਕਾਰਡ ਤੁਸੀਂ ਦੇਖ ਲਓ, ਜੋ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਮੈਨੀਫੈਸਟੋ ਵਿੱਚ, ਚੋਣ ਵਾਅਦਿਆਂ ਵਿੱਚ ਜਾਂ ਐਲਾਨਾਂ ਵਿੱਚ ਕਿਹਾ, ਉਹ ਤਾਂ ਖਰਾ ਉਤਰਿਆ। ਜਿੰਨੇ ਵੀ ਵੈਲਫੇਅਰ ਦੀਆਂ ਸਕੀਮਾਂ ਲਾ ਲਓ, ਜਿੰਨੇ ਤੁਸੀਂ ਆ ਡਿਵੈਲਪਮੈਂਟ ਦੇ ਕੰਮ ਲਾ ਲਓ, ਵਿਕਾਸ ਦੇ ਕੰਮ ਲਾ ਲਓ, ਗਰੀਬਾਂ ਵਾਸਤੇ ਸਕੀਮਾਂ ਜਿਹੜੀਆਂ ਸ਼ੁਰੂ ਕੀਤੀਆਂ ਸੀ, ਸਾਰੀਆਂ ਹੀ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ ਸੀ। ਚਾਹੇ ਉਹ ਕਣਕ ਦਾਲਾਂ ਦੀ, ਆਟੇ ਦਾਲ ਦੀ ਸਕੀਮ ਸੀ, ਚਾਹੇ ਉਹ ਸ਼ਗਨ ਸਕੀਮ ਸੀ, ਚਾਹੇ ਉਹ ਪੈਨਸ਼ਨ ਸਕੀਮ ਸੀ, ਚਾਹੇ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਸੀ, ਚਾਹੇ ਗਰੀਬ ਬੱਚੀਆਂ ਵਾਸਤੇ ਸਾਈਕਲ ਦੇਣ ਦੀ ਸਕੀਮ ਸੀ, ਚਾਹੇ +2 ਤੱਕ ਕੁੜੀਆਂ ਦੀਆਂ ਫੀਸਾਂ ਸਕੂਲਾਂ 'ਚ ਮਾਫ਼ ਕਰਨੀਆਂ ਹੋਣ ਜਾਂ ਮੈਰੀਟੋਰੀਅਸ ਸਕੂਲ ਬਣਾਏ ਗਰੀਬ ਬੱਚਿਆਂ ਲਈ, ਪੇਂਡੂ ਬੱਚਿਆਂ ਲਈ, ਯੂਨੀਵਰਸਿਟੀਆਂ ਬਣਾਈਆਂ, ਨਵੇਂ ਕਾਲਜ ਬਣਾਏ, ਨਵੀਆਂ ਤੋਂ ਨਵੀਆਂ ਅਣਗਿਣਤ ਸਕੀਮਾਂ ਉਹਨਾਂ ਨੇ ਚਲਾਈਆਂ। ਤਾਂ ਜੇ ਕਿਹਾ ਸੀ ਉਹਨੂੰ ਵਾਅਦਾ ਪੂਰਾ ਹੋਵੇਗਾ, ਮੇਰਾ ਸਵਾਲ ਇਹ ਸੀਗਾ, ਇਹ ਵਾਅਦਾ ਪੂਰਾ ਹੋਵੇਗਾ ਜਿਹੜਾ ਕਿਹਾ ਗਿਆ ਹੈ? ਦੇਖੋ, ਮੈਂ ਉਹੀ ਕਹਿ ਰਿਹਾ, ਦੂਜੀਆਂ ਪਾਰਟੀਆਂ ਅਤੇ ਅਕਾਲੀ ਦਲ 'ਚ ਬੜਾ ਫਰਕ ਆ। ਕਾਂਗਰਸ ਪਾਰਟੀ ਮੁੱਢੋਂ ਹੀ ਤੁਸੀਂ ਕਿਤੇ ਯਾਦ ਕਰਕੇ ਦੇਖੋ ਵੀ 1950 ਤੋਂ ਬਾਅਦ ਇਹਨਾਂ ਨੇ ਕਿਹੜੇ ਕਿਹੜੇ ਨਾਅਰੇ ਲਾਏ, ਗਰੀਬੀ ਦੂਰ ਕਰ ਦੇਂਗੇ, ਮਹਿੰਗਾਈ ਦੂਰ ਕਰ ਦੇਂਗੇ, ਬੇਰੁਜ਼ਗਾਰੀ ਦੂਰ ਕਰ ਦੇਂਗੇ, ਭ੍ਰਿਸ਼ਟਾਚਾਰ ਦੂਰ ਕਰ ਦੇਂਗੇ। ਅਤੇ ਪਿਛਲੀ ਵਾਰ ਕੈਪਟਨ ਸਾਹਿਬ ਨੇ ਉਹ ਭੁਲਾ ਕੇ ਤਾਂ ਕਹਿਤਾ ਘਰ ਘਰ ਨੌਕਰੀ ਦੇ ਦੇਂਗੇ, ਸਾਰੇ ਕਰਜ਼ੇ ਮਾਫ਼ ਕਰ ਦੇਂਗੇ। ਕਾਂਗਰਸ ਦਾ ਇਤਿਹਾਸ ਰਿਹਾ ਆ, ਉਹਨਾਂ ਨੇ ਜੋ ਪਬਲਿਕ ਨੂੰ ਕਿਹਾ ਉੱਤੇ ਕਦੀ ਉਹ ਨਿਭੇ ਨਹੀਂ, ਕਦੀ ਵਾਅਦੇ ਪੂਰੇ ਨਹੀਂ ਕੀਤੇ। ਲੇਕਿਨ ਇਹਦੇ ਉਲਟ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਪੰਜਾਬੀਆਂ ਦੀ ਪਾਰਟੀ, ਇੱਥੇ ਰਹਿਣਾ ਆ, ਇਹਨਾਂ ਨੇ ਜੋ ਕਦੀ ਕੁਛ ਕਿਹਾ ਉਹਨੂੰ ਪੂਰਾ ਕੀਤਾ। ਇਹ ਵੀ ਪੂਰਾ ਹੋਏਗਾ, ਸਵਾਲ ਇਹੀ ਹੈ ਟੀਨੂ ਜੀ, ਇਹ ਵਾਅਦਾ ਪੂਰਾ ਹੋਵੇਗਾ ਜਾਂ ਨਹੀਂ? ਜੇਕਰ 2022 ਦੇ ਵਿੱਚ ਸੱਤਾ ਦੇ ਵਿੱਚ ਆਉਂਦੀ ਹੈ ਸ਼੍ਰੋਮਣੀ ਅਕਾਲੀ ਦਲ, ਸਵਾਲ ਇਹੀ ਹੈ ਕਿ ਵਾਅਦਾ ਪੂਰਾ ਕੀਤਾ ਜਾਵੇਗਾ?
मैं पंजाब दे लोगों नू अपने भाईचारे दे सारे लोगों नू बेनती करूँगा कि तुसी गज वज के जोशो खरोश ना श्रोमणी अकाली दल नू वोटां पाओ जिताओ। जो ऐलान कल 14 अप्रैल ते सरदार सुखबीर सिंह बादल ने पार्टी दी आला लीडरशिप ने कल कीता डिप्टी उप मुख्यमंत्री दा, अकाली दल उन्हूं पूरी तरह निभाऊगा और ये डिप्टी जिहड़ा मुख्यमंत्री आ बनेगा पंजाब दा। चेहरा कौन होएगा? चेहरा तो लोग डिसाइड करनगे, टीनू जी हो सकते ने चेहरा, लोग डिसाइड करनगे, पार्टी दी आला कमान हाई कमान सियाने बंदे डिसाइड करनगे। इहदे विच कौन बनेगा ये गल नहीं है, इहदे विच बनेगा ये वड्डी गल है। तीनू जी भी वड्डा दुआबे खेत्र दे विच वड्डा नाम ने पंजाब पद्धर ते, बहुत सारियां चर्चावां भी तुहाडे नाल जुड़ियां होईयां ने जिदां कांग्रेस पार्टी दे कुछ वर्करां दे नाल। तीनू जी वड्डा चेहरा, तीनू जी भी हो सकदे ने उप मुख्यमंत्री दे चेयरमैन? देखो मैं पहलां कहा मैं तां पार्टी दा इक सिपाही हाँ, डिसिपलनड सिपाही हाँ, असीं तां वर्कर हाँ, असीं तां चाहुंदे हाँ कि सरदार सुखबीर सिंह बादल मुख्यमंत्री बनन ਤਾਂ ਕਿ ਪੰਜਾਬ ਦੇ ਨੌਜਵਾਨ ਜਿਹੜੇ ਆ ਉਹਨਾਂ ਨੂੰ ਰੁਜ਼ਗਾਰ ਮਿਲੇ, ਅੱਛੀ ਐਜੂਕੇਸ਼ਨ ਮਿਲੇ, ਯੂਨੀਵਰਸਿਟੀ ਬਣੇ। ਤਾਂ ਦਲਿਤ ਉਪ ਮੁੱਖ ਮੰਤਰੀ ਬਣੇਗਾ, ਡਿਪਟੀ ਸੀਐਮ ਬਣੇਗਾ, ਜੋ ਅਕਾਲੀ ਦਲ ਕਹਿੰਦਾ ਆ ਉੱਤੇ ਪੂਰਾ ਉਤਰਦਾ ਆ, ਕੋਈ ਬਣੇ ਜੀ, ਕੋਈ ਬਣੇ। ਇਸ ਐਲਾਨ ਤੋਂ ਬਾਅਦ ਚਰਚਾਵਾਂ ਜਿਹੜੀਆਂ ਨੇ ਸਿਆਸੀ ਤੌਰ 'ਤੇ ਤੇਜ਼ ਹੋ ਚੁੱਕੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ BSP ਦੇ ਨਾਲ ਸਮਝੌਤਾ ਕਰ ਸਕਦੀ ਹੈ, ਕਿੰਨੀ ਕੁ ਸੱਚਾਈ ਇਹਦੇ 'ਚ? देखो ये तो पार्टी प्रधान कल आप ही मीडिया नूं तुहानूं कह के गए आ भी साडी कई पार्टियां नाल गल चल रही है, जदों वो मैच्योर होएगी तो वो तुहानूं जरूर दसणगे ते पार्टी दसूगी तुहानूं। जे वो कह के गए तो मतलब चलदी होएगी। BSP तो अलावा होर कि पार्टियां दे नाल चल रही गलबात? देखो बहुत ये तो हुण उही दस सकदे आ कि कीड़ी कीड़ी पार्टी ने उन्हां तक पहुँच की आ, किहदे नाल अकाली दल नूं सूट करता आ सिद्धांतक तौर पर पंजाब की बेहतरी लई कौन हो सकता है। ये तो पार्टी की आला लीडरशिप जिहड़े साडी कोर कमेटी आ, सरदार प्रकाश सिंह बादल आ, सरदार सुखबीर सिंह बादल आ, वह सारे सीनियर लीडर दसणगे जी। 2022 की गल करिए सियासी पारा काफ़ी सरगर्म हो चुका है, SIT भंग कर दी गई है, सुप्रीम कोर्ट के वल्लों बहबल कला गोलीकांड मामले के जी SIT उस भंग कर दिता गया है और कुंवर विजय प्रताप वड्डा नाम है जिहड़ा इस वेले सियासी सरगर्मियां जिहदे बाबत तेज ने, किदां देखदे हो इस फैसले नूं सुप्रीम कोर्ट दे नूं? देखो 2015 दीआं घटनावां बेअदबी दीआं बड़ियां दुखदाई है, वह पापियां दा काम है, गुरु महाराज उन्हां नूं सज़ा जरूर देगा। लेकिन जिस तरीके नाल कांग्रेस पार्टी ने, आम आदमी पार्टी ने वोटां लैण लई प्रचारिया, वोटां लैण लई इहनूं यूज़ कीता, वह भी उस तो भी ज़्यादा पाप किया इन्ह लोगों ने। हुण देखो 2017 च वोटा लै लईआं बेअदबी के नाते, दोनों पार्टियां ने लईआं, सानू बदनाम किया, महाराज देखने वाला सारा कुछ, अकाल पुरख परमेश्वर देखने वाला, वोटा लैके सरकार बन गई, SIT बनाती, अपने पसंद के कैप्टन अमरिंदर सिंह ने विजय प्रताप नूं बनाया वह SIT का इंचार्ज, तो होर किसी नूं कोई हक नहीं सी उहनूं देखण दा, किसी नूं पुछण दा। ईवन वो जिहड़े SIT दे हैड सी प्रबोध कांत, मेरा ख्याल IPS अफसर सी, उन्होंने भी कहता सी बई इत्थे एक पासड़ कार्रवाई चल रही है, तो उन्हों का रवैया जिहड़ा वो IG अधिकारी आ विजय की कहने तुसी उन्हों विजय प्रताप की आ, उन्हों की पता, वो सिर्फ हथ टोका बन गया कैप्टन अमरिंदर सिंह का। कैप्टन अमरिंदर सिंह ने बेअदबी के मामलों नूं पहला 17 च वरत्या, फिर जो 2019 की लोग सभा की इलैक्शन आनी सी उस तो पहला वरत्या प्रचारिया तो फायदा ले लिया, हुण क्योंकि 2022 की विधानसभा आने वाली है हुण फिर शुरू कर दिता काम, हुण जिहड़ियां इहदियां दोस्तियां गंढियां जिहड़ियां इहने उह दोस्तियां वाले बंदिआं नूं भी हुण कहता मैदान च तुसीं भी आओ। पर आम आदमी पार्टी तो यह कह रही है कि कैप्टन अमरिंदर सिंह और बादल परिवार की नेड़ता वध है, जिस करके जिहड़ी जांच है वह सिरे नहीं लग रही। आम आदमी पार्टी एक ऐसी पार्टी आ जिहड़ी दूजिआं ते चिक्कड़ सिटना जाणदी आ, वी चिक्कड़ सिट दिओ किसे ते वह अपना साफ करता रहे, ये अगे कहिंदे असीं अगे वध जाईए। केजरीवाल की ये तरीका आ, केजरीवाल के तरीके नाल पंजाब वाले चल पाए भी चिक्कड़ सिटी चलो, बाद च भावें कोर्ट च जाके माफ़ियां मंगणियां पै जाण, तरले कढ़ने पै जाण बाद च,
ਸੋ ਗੱਲ ਇਹ ਆ ਬਈ ਆਮ ਆਦਮੀ ਪਾਰਟੀ ਤਾਂ ਪੰਜਾਬ ਲਈ ਸੀਰੀਅਸ ਅਤੇ ਗੰਭੀਰ ਹੈ ਹੀ ਨਹੀਂ, ਉਹ ਤਾਂ ਤਮਾਸ਼ਬੀਨ ਲੋਕ ਆ ਸਾਰੇ ਇਕੱਠੇ ਹੋਏ। ਉਹਨਾਂ ਦੀ ਕੀ ਪੋਲਿਸੀ ਪ੍ਰੋਗਰਾਮ ਕੀ ਉਹਨਾਂ ਦਾ ਪੰਜਾਬ ਵਾਸਤੇ? ਕੁਛ ਵੀ ਨਹੀਂ। ਸੋ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਆ ਉਹ ਸਿਰਫ ਉਹਨੂੰ ਡਰ ਲੱਗਦਾ ਅਕਾਲੀਆਂ ਤੋਂ, ਅਤੇ ਜਿਹੜੇ ਉਹ ਸਾਡੇ 'ਤੇ ਦੋਸ਼ ਲਾਉਂਦੇ ਆ ਇਸੇ ਕਰਕੇ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਸਾਹਿਬ ਨੂੰ ਜੇਲ੍ਹ 'ਚ ਬੰਦ ਕੀਤਾ ਸੀ ਉਦੋਂ ਜਦੋਂ ਪਿਛਲੀ ਵਾਰ ਮੁੱਖ ਮੰਤਰੀ ਬਣੇ ਸੀ, ਸਰਦਾਰ ਸੁਖਬੀਰ ਸਿੰਘ ਬਾਦਲ 'ਤੇ ਪਰਚੇ ਦਰਜ ਹੋਏ, ਜੇਲ੍ਹ ਬੰਦ ਕੀਤਾ ਸੀ, ਉਹਨਾਂ ਦੀ ਨੂੰਹ ਤੱਕ ਅਤੇ ਉਹਨਾਂ ਦੇ ਬੱਚਿਆਂ ਤੱਕ ਦੇ ਪਰਚੇ ਦਰਜ ਹੋਏ ਸੀ। ਇਹ ਗੱਲਾਂ ਤਾਂ ਦੇਖੋ ਆਮ ਪਾਰਟੀ ਨੇ ਜਾਂ ਵਿਰੋਧੀ ਪਾਰਟੀਆਂ ਨੇ ਕਰਨੀਆਂ ਹੀ ਆ, ਲੇਕਿਨ ਕੈਪਟਨ ਘੱਟ ਨਹੀਂ ਕਰਦਾ ਤੁਹਾਡੇ ਸਾਹਮਣੇ। ਸਵਾਲ ਇਹ ਰਹੇ ਕਿ ਜੇਕਰ ਵਿਰੋਧੀਆਂ ਨੇ ਇੱਕ ਦੂਜੇ 'ਤੇ ਤੁਮਤਾਂ ਲਾਉਣੀਆਂ, ਤੁਸੀਂ ਇਹ ਕਹਿ ਰਹੇ ਹੋ, ਪਰ ਤੁਹਾਡੇ ਆਪਣੇ ਸੁਖਦੇਵ ਸਿੰਘ ਢੀਂਡਸਾ ਕਾਫੀ ਦੇਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਏ, ਉਹਨਾਂ ਦਾ ਤਾਜ਼ਾ ਬਿਆਨ ਆਉਂਦਾ ਹੈ ਕਿ ਹੁਣ ਜੇਕਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਜੇਕਰ SIT ਭੰਗ ਹੋ ਗਈ ਹੈ ਤਾਂ ਇਸ 'ਤੇ ਖੁਸ਼ੀਆਂ ਵਾਲੀਆਂ ਨਾ ਮਨਾਓ, ਇਹਦਾ ਖਮਿਆਜ਼ਾ ਤੁਹਾਨੂੰ ਭੁਗਤਣਾ ਪੈ ਸਕਦਾ, ਉਹਨਾਂ ਦਾ ਵੱਡਾ ਬਿਆਨ ਹੈ। ਦੇਖੋ ਜਦੋਂ ਨਾ 2015 'ਚ ਦੁਖਦਾਈ ਘਟਨਾਵਾਂ ਹੋਈਆਂ, ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ ਸਪੁੱਤਰ ਉਸ ਵੇਲੇ ਕੈਬਨਿਟ ਰੈਂਕ 'ਤੇ ਬੈਠਾ ਸੀ, ਫਾਈਨੈਂਸ ਮਿਨਿਸਟਰ ਸੀ ਪੰਜਾਬ ਦਾ, ਢੀਂਡਸਾ ਸਾਹਿਬ ਰਾਜ ਸਭਾ ਦੇ MP ਸੀ, ਉਹਨਾਂ ਦੇ ਬਹੁਤ ਸਾਰੇ ਸਾਥੀ ਪੂਰੀ ਪਾਵਰ ਇੰਜੋਏ ਕਰ ਰਹੇ ਸੀ ਪੰਜਾਬ 'ਚ। ਅਤੇ 2015 ਤੋਂ ਬਾਅਦ 16 ਫਿਰ 17 'ਚ ਇਲੈਕਸ਼ਨ ਹਾਰ ਗਿਆ ਸ਼੍ਰੋਮਣੀ ਅਕਾਲੀ ਦਲ, ਅਤੇ ਫਿਰ 19 'ਚ ਜਾ ਕੇ ਉਹਨਾਂ ਦੇ ਬੇਟੇ ਨੇ ਲੋਕ ਸਭਾ ਦੀ ਚੋਣ ਵੀ ਲੜੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੇ ਚੋਣ ਲੜੀ। ਉਦੋਂ ਤੱਕ ਕੋਈ ਉਹਨਾਂ ਦੇ ਦਿਮਾਗ 'ਚ ਬੇਅਦਬੀ ਵਾਲੀ ਗੱਲ ਨਹੀਂ ਸੀ, ਕੋਈ ਅਕਾਲੀ ਦਲ ਨੂੰ ਕੋਈ ਚੈਲੇਂਜ ਨਹੀਂ ਕਰਦੇ ਸੀ। ਉਹਨਾਂ ਦਾ ਬੇਟਾ ਹਾਰ ਗਿਆ, ਉਸ ਤੋਂ ਬਾਅਦ ਖਲਬਲੀ ਮਚ ਗਈ, ਉਹਨਾਂ ਨੂੰ ਕਾਲੀ ਪੈ ਗਈ। ਕਾਲੀ ਕਿੱਦਾਂ ਪੈ ਗਈ? ਹੋ ਸਕਦਾ ਅਮਰਿੰਦਰ ਸਿੰਘ ਹੁਣਾਂ ਨਾਲ ਕੋਈ ਗਾਟੀ ਸਾਟੀ ਰਲ ਗਈ ਹੋਵੇ ਜਾਂ ਹੋਰ ਕਿਸੇ ਪਾਰਟੀ ਨਾਲ ਰਲ ਗਈ ਹੋਵੇ, ਲੇਕਿਨ ਮੈਂ ਕਹਿਣਾ ਚਾਹੁੰਦਾ ਇਲਜ਼ਾਮ ਲਾਉਣੇ ਬੜੇ ਸੌਖੇ ਆ, ਜਰਾ ਜਵਾਬ ਦਿਓ ਭਾਈ। 2015 'ਚ ਤਾਂ ਤੁਸੀਂ ਆਪ ਪਾਵਰ 'ਚ ਬੈਠੇ ਸੀ, ਅਤੇ ਤੁਸੀਂ ਮੰਗ ਕਰੋ ਵੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕਰੋ ਵੀ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਨੂੰ ਲਾਓ ਫਾਹੇ, ਉਹਨਾਂ ਨੂੰ ਉੱਧਰ ਨੂੰ ਨਹੀਂ ਤੁਰਦੇ। ਕੈਪਟਨ ਅਮਰਿੰਦਰ ਸਿੰਘ ਦੇ ਕਹੇ 'ਤੇ ਅਕਾਲੀਆਂ ਦੇ ਭਰਦੇ ਆ, ਕਿਉਂ? ਅਕਾਲੀ ਦਲ ਕੋਲੋਂ ਸਾਰਾ ਕੁਛ ਤਾਂ ਪ੍ਰਾਪਤ ਕੀਤਾ, ਇੱਜ਼ਤ ਮਾਣ ਸਨਮਾਨ ਅਕਾਲੀ ਦਲ 'ਚੋਂ ਹੀ ਪ੍ਰਾਪਤ ਹੋਇਆ ਉਹਨਾਂ ਨੂੰ, ਅਤੇ ਹੁਣ ਹੱਥ ਟੋਕਾ ਕਿਸੇ ਹੋਰ ਦਾ ਬਣੇ ਹੋਏ ਆ, ਇਹ ਠੀਕ ਨਹੀਂ, ਲੋਕ ਸਮਝਦੇ ਆ ਇਸ ਗੱਲ ਨੂੰ ਜੀ। SIT ਭੰਗ ਹੋਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ, ਅਸਤੀਫਾ ਦੇਣ ਤੋਂ ਬਾਅਦ ਚਰਚਾਵਾਂ ਜਿਹੜੀਆਂ ਨੇ ਤੇਜ਼ ਹੋ ਚੁੱਕੀਆਂ ਕਿ ਕਿਸੇ ਪਾਰਟੀ ਦੇ ਵੱਲ ਜਾ ਸਕਦੇ ਨੇ, ਲੱਗਦਾ ਹੈ ਕਿ ਕਿਸੇ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰਨਗੇ ਕੁੰਵਰ ਵਿਜੇ ਪ੍ਰਤਾਪ? ਪਹਿਲਾਂ ਵੀ DGP ਲੈਵਲ ਦੇ ਲੋਕ ਇਲੈਕਸ਼ਨ ਲੜਦੇ ਰਹੇ ਆ, ਇਹ ਵੀ ਲੜ ਲਵੇ ਕੋਈ, ਹਰ ਕੋਈ ਵੀ ਬੰਦਾ ਲੜ ਸਕਦਾ, ਤੁਸੀਂ ਵੀ ਲੜ ਸਕਦੇ ਇਲੈਕਸ਼ਨ, ਮੈਂ ਵੀ ਲੜ ਸਕਦਾ, ਉਹ ਵੀ ਲੜ ਲਵੇ, ਇਹ 'ਚ ਸਾਨੂੰ ਕੀ ਇਤਰਾਜ਼ ਆ? ਕੈਪਟਨ ਅਮਰਿੰਦਰ ਸਿੰਘ ਦੀ ਕੋਈ ਪੋਲਿਸੀ ਹੋਏਗੀ ਜਾਂ ਉਹਦੀ ਆਪਣੀ ਕੋਈ ਪੰਜਾਬ 'ਚ, ਕਿਉਂਕਿ ਪੰਜਾਬ ਜਿਹੜੀ ਆ ਇਹ ਖੁੱਲ੍ਹ ਦਿਲੀ ਸਟੇਟ ਆ ਥੋੜ੍ਹੀ ਜਿਹੀ, ਜਿੰਨੇ ਵੀ ਅਫਸਰ ਬਾਹਰੋਂ ਆਉਂਦੇ ਆ ਉਹਨਾਂ ਦਾ ਜੀ ਕਰਦਾ ਇੱਥੇ ਸੈਟਲ ਹੋਣ ਦਾ, IPS ਅਤੇ IAS ਅਧਿਕਾਰੀਆਂ ਦਾ ਜੀ ਕਰਦਾ ਇੱਥੇ ਰਹੀਏ, ਚੰਗਾ ਲੱਗਦਾ ਇੱਥੇ, ਵਧੀਆ ਸਾਰਾ ਕੁਛ, ਇਸ ਕਰਕੇ ਉਹਦੇ ਮਨ 'ਚ ਵੀ ਕੋਈ ਗੱਲ ਆਈ ਹੋਣੀ ਤਾਂ ਕਰ ਲਵੇ ਜੀ। ਔਰ ਕਾਂਗਰਸ ਦੀ ਗੱਲ ਕਰੀਏ ਤਾਂ ਪ੍ਰਸ਼ਾਂਤ ਕਿਸ਼ੋਰ ਜਿਹੜੇ ਸਿਆਸੀ ਸਲਾਹਕਾਰ ਲਗਾਏ ਗਏ ਨੇ ਉਹਨਾਂ ਦੇ ਵੱਲੋਂ ਹੁਣ ਇਹ ਕਿਹਾ ਜਾ ਰਿਹਾ ਕਿ ਟਿਕਟਾਂ ਦੀ ਜਿਹੜੀ ਵੰਡ ਹੈ, ਟਿਕਟਾਂ ਦੀ ਵੰਡ ਪ੍ਰਸ਼ਾਂਤ ਕਿਸ਼ੋਰ ਕਰ ਰਹੇ ਨੇ, ਲੱਗਦਾ ਹੈ ਕਿ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ 2017 ਵਾਂਗ ਕੈਪਟਨ ਅਮਰਿੰਦਰ ਸਿੰਘ ਨੂੰ ਦੁਬਾਰਾ ਮੁੱਖ ਮੰਤਰੀ ਬਣਾ ਸਕਦੇ ਨੇ? ਦੇਖੋ ਪ੍ਰਸ਼ਾਂਤ ਕਿਸ਼ੋਰ ਨੇ ਤਾਂ ਸਾਰੇ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਕੀਤਾ, ਉਹਨਾਂ ਕੋਲੋਂ ਮੰਡੀਆਂ 'ਚ ਬਹਿ ਕੇ ਸ਼ਹਿਰਾਂ 'ਚ ਬਹਿ ਕੇ ਫਾਰਮ ਭਰਵਾ ਲਿਆ, ਉੱਥੇ ਬੈਠੇ ਬੈਠੇ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਦੇ ਮੈਂਬਰ ਹੁੰਦੇ ਸੀ ਤੁਹਾਡੇ ਵਰਗੇ ਜਿਹੜੇ ਇੰਪਲੋਏ ਕੀਤੇ ਸੀ ਤਨਖਾਹਾਂ 'ਤੇ, ਉਹਨਾਂ ਨੇ ਕਿਸੇ ਨੂੰ ਪਟਵਾਰੀ ਲਾ ਦਿੱਤਾ, ਕਿਸੇ ਨੂੰ ਸਿਪਾਹੀ ਲਾ ਦਿੱਤਾ, ਕਿਸੇ ਨੂੰ ਤਹਿਸੀਲਦਾਰ ਲਾ ਦਿੱਤਾ, ਕਿਸੇ ਨੂੰ ਮਾਸਟਰ ਲਾ ਦਿੱਤਾ, ਥਾਣੇਦਾਰ ਵੀ ਲਾ ਦਿੱਤੇ, ਲੋਕਾਂ ਕੋਲ ਫਾਰਮ ਭਰਾਏ, ਮੋਹਰਾਂ ਲਾਈਆਂ, ਕੈਪਟਨ ਅਮਰਿੰਦਰ ਸਿੰਘ ਦੇ ਸਾਈਨ ਕੀਤੇ ਸੀ ਉਹਦੇ ਉੱਤੇ, ਕਾਰਡ ਵੀ ਦੇ ਦਿੱਤਾ, ਕਾਰਡ ਦੇ ਉੱਤੇ ਨੰਬਰ ਵੀ ਪਾਇਆ ਸੀ 6800 ਇੰਨੇ, ਉਹ ਵਿਚਾਰੇ ਨੌਜਵਾਨ ਵਿਸ਼ਵਾਸ 'ਚ ਆ ਗਏ, ਭੋਲੇ ਭਾਲੇ ਹੁੰਦੇ ਬੱਚੇ, ਉਹ ਵਿਸ਼ਵਾਸ 'ਚ ਆ ਗਏ, ਉਹਨਾਂ ਨੇ ਕਾਰਡ ਲੈ ਲਏ ਬੜੀ ਖੁਸ਼ੀ ਖੁਸ਼ੀ, ਅਤੇ ਆਪਣੇ ਘਰਦਿਆਂ ਨੂੰ ਜਾ ਕੇ ਕਹੀਆਂ ਵੀ ਵੋਟਾਂ ਪ੍ਰਸ਼ਾਂਤ ਕਿਸ਼ੋਰ ਦੇ ਕਹੇ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਉਣੀਆਂ ਪੈ ਗਈਆਂ, ਸੀਟਾਂ ਜਿੱਤ ਗਏ। ਉਦੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਜੀ ਭੱਜ ਗਏ, 4 ਸਾਲ ਪਹਿਲਾਂ ਭੱਜ ਗਏ, ਪਤਾ ਨਹੀਂ ਕਿੱਥੇ ਗਏ, ਕਿਉਂਕਿ ਲੋਕਾਂ ਨੇ ਗਲੋਂ ਫੜਨਾ ਸੀ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਲਈਏ ਜਾਂ ਰਾਹੁਲ ਗਾਂਧੀ ਨੇ ਕਹਿ ਲਈਏ, ਕਿਉਂਕਿ ਪ੍ਰਸ਼ਾਂਤ ਕਿਸ਼ੋਰ ਨੇ ਵੀ ਕਹਿ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਕੁਛ ਕੀਤਾ ਨਹੀਂ, ਇਹ ਗੱਲਾਂ ਤਾਂ ਦੋਨੀ ਸਾਹਮਣੇ ਆਉਣੀਆਂ ਚਾਹੀਦੀਆਂ ਹੁਣ ਲੋਕਾਂ ਦੇ। ਅਤੇ ਹੁਣ ਫਿਰ ਉਹਨੂੰ ਲਿਆ ਕੇ ਕੈਬਨਿਟ ਰੈਂਕ ਦਾ ਐਡਵਾਈਜ਼ਰ ਬਣਾ ਦਿੱਤਾ,
उन्हें कोठी देती मुख्यमंत्री वाली, उन्हें गड्डिया का काफिला देता प्रशांत किशोर नूं, उन्हें तनखा लाती, उन्हें बंदे देते, उन्हें सिक्योरिटी देती, तो बहुत वड्डी नौकरी उन्हें मिल गई है। किसी नौजवान पंजाबी नूं नौकरी तो मिली नहीं, लेकिन कैप्टन अमरिंदर सिंह की इन्नी मेहरबानी हुई है भी वह बिहार चो लिया के प्रशांत किशोर उन्हें टॉप की नौकरी देती है। तो प्रशांत किशोर हो रहा वह प्रशांत किशोर का आपां नूं की इतराज आ, ये तो लोग हुण जवाब देणगे, क्योंकि प्रशांत पीके दे फार्म जिहड़े आ ना वो सारे लोगों के कोल पए आ, मुंडियां को फार्म वो तो भगौड़ा आ पंजाब का, वो तो कहते स्टेज पर कितने आके देखे। तो हुण MLA ने फेस करना, कांग्रेस दे ने, कांग्रेस के उम्मीदवार ने फेस करना नौजवानों नूं, मुंडियां नूं जिन्हां दे फार्म भराए सी, जिन्हां नूं नौकरी कहा सी घर कर देंगे, MLA ने फेस करना। हुण जिहड़ा MLA ज़्यादा बोलूगा भी तुसीं नौकरियां नहीं दित्तियां, उहदी प्रशांत किशोर टिकट कट दूगा। तो अखबारों भी आ गया भी प्रशांत किशोर कहिंदा जी 50 MLA कट दिओ, ਉਹ ਦਿਓ ਜਿਹੜੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਪਰਫੋਰਮੈਂਸ 'ਤੇ ਨਾ ਪੁੱਛਣ, ਕੁਛ 5 ਸਾਲ ਦੀ 4 ਸਾਲ ਦੀ ਪਰਫੋਰਮੈਂਸ 'ਤੇ ਨਾ ਪੁੱਛਣ, ਬਸ ਟਿਕਟ ਦੀ ਪਰਚੀ ਫੜ ਕੇ ਜਾ ਕੇ ਵੋਟਾਂ ਮੰਗਣ ਕਾਂਗਰਸ ਦੀ। ਜਿਹੜੇ ਕੋਈ ਵਿਚਾਰੇ ਕਾਂਗਰਸ ਦੀ ਪਰਫੋਰਮੈਂਸ ਦੀ ਗੱਲ ਕਰਨਗੇ, ਕਾਰਜਕਾਰੀ ਦੀ ਗੱਲ ਕਰਨਗੇ, ਕੀਤੇ ਵਾਅਦਿਆਂ ਦੇ ਉੱਤੇ ਐਕਸ਼ਨ ਦੀ ਗੱਲ ਕਰਨਗੇ, ਉਹਨਾਂ ਦੀ ਟਿਕਟ ਕੱਟੀ ਜਾਊਗੀ ਜੀ। ਆਹ ਪ੍ਰਸ਼ਾਂਤ ਕਿਸ਼ੋਰ ਹੈ ਜੀ। 2022 ਦੀ ਗੱਲ ਕਰੀਏ ਤਾਂ ਲਾਸਟ ਸਵਾਲ ਹੈ ਮੇਰਾ ਟੀਨੂ ਜੀ, ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਕੀ ਹੈ, ਕੀ 2022 ਦੇ ਵਿੱਚ ਕਿੰਨੀਆਂ ਕੁ ਸੀਟਾਂ ਪ੍ਰਾਪਤ ਕਰੇਗੀ, ਸਰਕਾਰ ਬਣੇਗੀ ਜਾਂ ਨਹੀਂ ਬਣੇਗੀ, ਇਸ ਵੇਲੇ ਕਿਸ ਨਜ਼ਰੀਏ ਨਾਲ ਦੇਖ ਰਹੇ ਹੋ? ਸ਼੍ਰੋਮਣੀ ਅਕਾਲੀ ਦਲ ਦਾ ਟਰੈਕ ਰਿਕਾਰਡ ਵਿਕਾਸ, ਸਾਂਝੀਵਾਲਤਾ, ਭਾਈਚਾਰਕ ਸਾਂਝ, ਪੰਜਾਬ 'ਚ ਸ਼ਾਂਤੀ ਰਹਿਣੀ ਚਾਹੀਦੀ ਹੈ ਕਿਉਂਕਿ ਸ਼ਾਂਤੀ ਦੇ ਉੱਤੇ ਹੀ ਸਾਰਾ ਕੁਝ ਨਿਰਭਰ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਸਰਕਾਰਾਂ ਚੱਲੀਆਂ, ਲੋਕ ਯਾਦ ਕਰਦੇ ਆ, ਚਾਹੇ ਉਹ ਯਾਦਗਾਰਾਂ ਬਣੀਆਂ, ਚਾਹੇ ਉਹ ਕਾਲਜ ਸਕੂਲ ਬਣੇ, ਮੈਂ ਪਹਿਲਾਂ ਤੁਹਾਨੂੰ ਗੁਣਾ ਤੇ ਬਿਜਲੀ ਆਮੋ ਆਮ ਕਰਤੀ, ਸਾਡੇ NRI ਭਰਾ ਭੈਣਾਂ ਆਉਂਦੇ ਨਹੀਂ ਹੁੰਦੇ ਸੀ, ਕਹਿੰਦੇ ਤੁਹਾਡੇ 12 ਘੰਟੇ ਦਾ ਕੱਟ ਲੱਗਦਾ ਭਾਈ ਇੱਥੇ, ਲੇਕਿਨ ਤੁਸੀਂ ਦੇਖ ਲਓ ਬਿਜਲੀ ਦੇ ਕਾਰਖਾਨੇ ਲਾਏ, ਬਿਜਲੀ ਆਮੋ ਆਮ ਕਰ ਦਿੱਤੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਕੰਮ ਹੋਏ ਪੰਜਾਬ ਦੇ, ਤਾਂ ਹੁਣ ਸਰਕਾਰ ਤਾਂ ਅਕਾਲੀ ਦਲ ਦੀ ਬਣਨੀ ਆ, ਕਿਉਂਕਿ ਕਾਂਗਰਸ ਕੋਲ ਲੋਕ ਅੱਕ ਗਏ ਆ, ਉਕਤਾ ਚੁੱਕੇ ਆ, ਹੋਰ ਕੋਈ ਨਹੀਂ ਹੈਗਾ, ਬਾਕੀ ਤਾਂ ਰੌਲਾ ਪਾਉਣ ਵਾਲੀ। ਸੀਟਾਂ 'ਤੇ ਕਾਬਜ ਹੋ ਸਕਦੀ ਸ਼੍ਰੋਮਣੀ ਅਕਾਲੀ? ਮਜੋਰਟੀ, ਥੰਪਿੰਗ ਮਜੋਰਟੀ ਨਾ ਆਵਾਂਗੇ, 80 ਤੋਂ ਵੱਧ ਸੀਟਾਂ ਜਿੱਤੂਗਾ ਸ਼੍ਰੋਮਣੀ ਅਕਾਲੀ ਦਲ। ਔਰ ਜਿਹੜਾ ਕੱਲ੍ਹ ਦਾ ਐਲਾਨ ਹੋਇਆ ਨਾ, ਉਪ ਮੁੱਖ ਮੰਤਰੀ ਦਲਿਤ ਹੋਏਗਾ, ਕਿਤੇ ਤੁਸੀਂ ਸੋਸ਼ਲ ਮੀਡੀਆ 'ਤੇ, ਕਿਤੇ ਤੁਸੀਂ ਅਖਬਾਰਾਂ 'ਚ, ਕਿਤੇ ਤੁਸੀਂ ਨੌਜਵਾਨਾਂ ਨੂੰ ਜਿਹੜੇ ਦੁਆਬੇ ਦੇ ਜਾਂ ਜਿਹੜੇ ਸੋਚਵਾਨ ਲੋਕ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹਨਾਂ 'ਚ ਕਿੰਨੀ ਖੁਸ਼ੀ ਪਾਈ ਜਾ ਰਹੀ ਹੈ। ਬਹੁਤ ਬਹੁਤ ਸ਼ੁਕਰੀਆ ਟੀਨੂ ਜੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ। 2022 ਵਿਧਾਨ ਸਭਾ ਚੋਣਾਂ ਦੇ ਲਈ ਸਰਗਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਤੇਜ਼ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿੱਥੇ ਰੈਲੀਆਂ ਕਰਕੇ ਵੱਖ ਵੱਖ ਜਗ੍ਹਾਵਾਂ 'ਤੇ ਟਿਕਟਾਂ ਦਾ ਐਲਾਨ ਕਰ ਰਹੇ ਨੇ, ਨਾਲ ਦੀ ਨਾਲ ਕੱਲ੍ਹ ਜਲੰਧਰ ਵਿਖੇ ਪਹੁੰਚੇ ਸਨ ਜਿੱਥੇ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਦਲਿਤ ਪਰਿਵਾਰ ਤੋਂ, ਦਲਿਤ ਭਾਈਚਾਰੇ ਤੋਂ ਉਪ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਜੇਕਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਐਲਾਨੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਕਿਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਗਰਮੀ ਹੋਰ ਤੇਜ਼ ਹੁੰਦੀ ਹੈ। ਇਸ ਕਰਕੇ ਪਲ ਪਲ ਦੀ ਖਬਰ ਦੇ ਲਈ ਤੁਸੀਂ ਬਣੇ ਰਹੋ ਦੈਨਿਕ ਸਵੇਰਾ TV ਦੇ ਨਾਲ, ਕੈਮਰਾ ਪਰਸਨ ਪਵਨ ਦੇ ਨਾਲ ਮੈਂ ਅਮਰਚੰਦ, ਦੈਨਿਕ ਸਵੇਰਾ TV ਜਲੰਧਰ। ਆਲ ਵਰਲਡ ਓਪਨ ਚੈਲੰਜ 17-time ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾਂ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84-374-94-647, 84-374-94-648। ਪੰਡਿਤ ਰਾਧੇ ਸ਼ਰਮਾ, ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ, 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ, ਮੁਸਲਮਾਨੀ, ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ, ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ, ਮੋੜੀ ਵਸ਼ੀਕਰਨ ਕਰਵਾਓ, ਮਨਚਾਹ ਪਿਆਰ ਪਾਓ, ਲਵ ਮੈਰਿਜ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਨੌਕਰੀ, ਕਾਰੋਬਾਰ 'ਚ ਰੁਕਾਵਟ, ਵਿਦੇਸ਼ ਯਾਤਰਾ, ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ, ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ। ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਮਿਲੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਮੋਬਾਈਲ 98-768-045-80-85-88-617।